ਮੰਗਣ ਕੇ ਸ਼ਰਮ ਮੰਨਦੇ ਨੇ ਵੀ ਅਸੀਂ ਤਾਂ ਸੰਤਾਂ ਅਸੀਂ ਮੰਗਦੇ ਨਹੀਂ ਹੈਗੇ ਜੇ ਭੁੱਖੇ ਹੀ ਮਰ ਜਾਏ ਘਰੇ ਮੰਗਦਾ ਨਹੀਂ ਪਰੇ ਜੀ ਇਹ ਜ਼ਿਮੀਦਾਰ ਮਤਲਬ ਉਹ ਐਂ ਆ ਵੀ ਕਿਉਂਕਿ ਉਹ ਅੰਨਦਾਤਾ ਹੈ ਹਾਂ ਇਹ ਮੰਗ ਕੇ ਨਹੀਂ ਰਾਜੀ ਹੈਗੇ ਇਹ ਸਬਰ ਕਰ ਲੈਣਗੇ ਠੀਕ ਹੈ ਹਾਂਜੀ ਇਸ ਵੇਲੇ ਹੁਣ ਕਿੰਨਾ ਕੁ ਸਬਰ ਦਾ ਜਿਹੜਾ ਘੁੱਟ ਪੀਤਾ ਤੁਸੀਂ ਸਬਰ ਦਾ ਘੁੱਟ ਤਾਂ ਹੁਣ 30 ਸਾਲ ਪਹਿਲਾਂ ਕਿ ਸਬਰ ਦਾ ਹੁਣ ਬੰਨ ਟੁੱਟ ਚੁੱਕਿਆ ਬੰਨ ਟੁੱਟ ਗਿਆ ਸਬਰ ਪਹਿਲਾਂ ਸਾਨੂੰ 93 ਵਜੇ ਪਾਣੀ ਆਇਆ ਸੀਗਾ ਹੁਣ ਮਸਾਂ ਬਹਾਲ ਹੋਏ ਤੇ ਜ਼ਿਮੀਦਾਰ ਹੁਣ ਦੁਬਾਰਾ ਫੇਰ ਆ ਗਿਆ ਇਹ ਕਿੰਨੇ ਕੁ ਸਾਲ ਹੁਣ ਉੱਠਦਾ ਨਹੀਂ ਏਰੀਆ ਜੇ ਆਪਾਂ ਕਹਿ ਦਈਏ ਕਮ ਸੇ ਕਮ 10 ਸਾਲ ਪਿੱਛੇ ਵਾ ਗਿਆ ਆ ਹੜ ਦੇ ਆ ਪਾਣੀ ਦੇ ਨਾਲ ਆ ਪਾਣੀ 10 ਸਾਲ ਫੇਰ ਪਿੱਛੇ ਗਿਆ 10 ਸਾਲ ਪਿੱਛੇ ਚਲਾ ਗਿਆ ਬਾਈ ਦੇ ਕਹਿਣ ਤੇ ਵੀ ਆ ਹੁਣ ਸਬਰ ਦਾ ਬੰਨ ਜਿਹੜਾ ਤੁਸੀਂ ਅੱਜ ਦੇਖੋਗੇ ਕਣਕ ਵੀ ਨਹੀਂ ਹੋ ਰਹੀ ਹਾਂ ਕਣਕ ਵੀ ਇੰਨਾ ਪਾਣੀ ਖੜੂ ਅੱਗੇ ਕਣਕ ਵੀ ਨਹੀਂ ਬੀਜੀ ਜਾਂਦੀ रास्ते जेडे देख रहे हो बी आ भी टुट जाना मेनू लगता है पक्के खेतां च लाए हुए ने नाली दा नाम की है नाले दा इहदा सेम नाला है जी बस इत्थों 10-12 पिंडां च आउंदा है ਸੇਮ ਨਾਲਾ ਪਿੰਡ ਇਹਦੇ ਨਾਲ ਕਿਹੜੇ ਕਿਹੜੇ ਪੈਂਦੇ ਨੇ ਇਹ ਪੈਂਦਾ ਜੀ ਪਖੜਿਆਲ ਆਂਡੇ ਵਾਲੀ ਰਿਆਉਂ ਦਾ ਗਾਹਾਂ ਗੰਡੂਆਂ ਲੰਘੇ ਹੁੰਦਾ ਹੈਗਾ ਠੀਕ ਹੈ ਹਾਂਜੀ ਹਾਂਜੀ ਗੰਡੂਆਂ ਪਿੰਡ ਨੂੰ ਚਲੇ ਜਾਂਦਾ ਇਹ ਰਿਆਉਂਦ ਜ਼ਿਆਦਾ ਪ੍ਰਭਾਵ ਇਹਨੇ ਕੀਤਾ ਤੇ ਆਹ ਦੇਖੋ ਸ਼ਾਟ ਵੀ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਲਿਓ ਸਾਰਾ ਪਿੰਡ ਨੇ ਆਹ ਜਿਹੜੀ ਸੇਮ ਆ ਇਹਨੇ ਦੋਨੇ ਪਾਸੇ ਅਟੈਕ ਕੀਤਾ ਇਹਨੇ ਦੋਨੇ ਪਾਸੇ ਪਾਣੀ ਦੀ ਮਾਰ ਕੀਤੀ ਆ ਉਧਰਲਾ ਵੀ ਬੰਨ ਟੁੱਟਿਆ ਇਹਦਾ ਤੇ ਇਧਰਲਾ ਵੀ ਬੰਨ ਟੁੱਟਿਆ ਇਸ ਵੇਲੇ ਅਸੀਂ ਉਹ ਪਾਰ ਕਰ ਰਹੇ ਆ ਜਿੱਥੇ ਪਾਣੀ ਗਿਆ ਹੋਇਆ ਪਿੰਡ ਬਗਲ ਕੇ ਆਇਆ ਔਰ ਰਿਉਂਦ ਕਲਾਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਸਾਨੂੰ ਜਾਣ ਦਿੱਤਾ ਗਿਆ ਅਸੀਂ ਤਸਵੀਰ ਬਿਆਨ ਕਰਾਂਗੇ ਦਿਖਾਵਾਂਗੇ ਤੁਹਾਨੂੰ ਉਹ ਘਰਾਂ ਦੀ ਤਸਵੀਰ ਉਹ ਲੋਕਾਂ ਦੀ ਤਸਵੀਰ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਨਿਰੰਤਰ ਅਸੀਂ ਰਿਉਂਦ ਕਲਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਬਣੀ ਹੋਈ ਹੈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਪਹੁੰਚ ਚੁੱਕੇ ਹਾਂ ਕੋਠੀ ਦੇ ਕੋਲੇ ਇਸ ਵੇਲੇ ਬਿਲਕੁਲ ਤੇ ਤੁਹਾਨੂੰ ਵਹਾ ਵੀ ਦਿਖਾਵਾਂਗੇ ਇਹ ਸਰਪੰਚ ਸਾਹਿਬ ਦੀ ਕੋਠੀ ਜਿਹੜੀ ਪ੍ਰਭਾਵਿਤ ਹੋਈ ਹੈ ਔਰ ਅੱਗੇ ਜਿਹੜੀ ਆ ਫੌਜੀ ਦੀ ਕੋਠੀ ਜਿਹੜੀ ਇਸ ਵੇਲੇ ਜੇਲ੍ਹ ਪਾਰ ਕੇ ਨਾ ਆ ਰੋਡ ਵਗ ਜਿਓ ਠੀਕ ਹੈ ਇਹ ਰੋਡ ਆ ਪਲਾਟ ਆ ਕੇ ਪਲਾਟ ਤੋਂ ਗਾਂ ਬੋਆ ਲੰਘ ਜਾਓਗੇ ਸਮਝ ਗਏ ਨਾ ਇਹ ਪਾਣੀ ਹੈ ਇਸ ਇਲਾਕੇ ਦੇ ਵਿੱਚ ਆ ਥੋੜਾ ਜਿਹਾ ਹੈਗਾ ਮੋਟਰਸਾਈਕਲ ਲੰਘਾਉਣ ਜੋਗਾ ਵੀਰੇ ਕੱਢ ਲਿਓ ਯਾਰ ਮੇਰਾ ਭਰਾ ਹੈ ਵੇਲੇ ਉਹ ਕੋਠੀ ਜਿਹੜੀ ਆ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਬੰਨ ਲਾਉਂਦੇ ਹੋਏ ਨੌਜਵਾਨ ਤੇ ਉਹ ਕੋਠੀ ਜਿਹੜੀ ਕੋਠੀ ਲਗਾਤਾਰ ਤਸਵੀਰਾਂ ਦੇ ਵਿੱਚ ਬਣੀ ਹੋਈ ਹੈ ਫੌਜੀ ਦੀ ਕੋਠੀ ਇਹਨੂੰ ਕਿਹਾ ਗਿਆ ਤੇ ਉਹਦੇ ਆਲੇ ਦੁਆਲੇ ਸਵੇਰੇ ਕੋਈ ਬੰਨ ਨਹੀਂ ਸੀਗਾ ਹੁਣ ਕੀ ਪੋਜੀਸ਼ਨ ਆ ਬਾਈ ਜੀ ਜਿੰਦਾ ਇਹਨੂੰ ਤੇੜਾਂ ਵੀ ਆ ਗਈਆਂ ਹਾਂਜੀ ਪਾਣੀ ਸਿੱਧੀ ਟੱਕਰ ਮਾਰ ਰਿਹਾ ਜ਼ੋਰ ਨਾਲ ਤੇ ਮੈਂ ਕਹਿੰਦਾ ਵੀ ਜਿਹੜੇ ਨੌਜਵਾਨ ਆਲੇ ਦੁਆਲੇ ਸੇਵਾ ਕਰ ਰਹੇ ਆ ਉਹ ਕਿਤੇ ਨਾ ਕਿਤੇ ਖਤਰੇ ਦੀ ਘਾਟ ਦੇ ਵਿੱਚ ਜਾ ਸਕਦੇ ਆ ਤਸਵੀਰ ਔਰ ਪਾਣੀ ਤੁਸੀਂ ਦੇਖੋਗੇ ਪਾਣੀ ਕਿੰਨੀ ਤੇਜ਼ ਜਿਹੜਾ ਵਾ ਸੜਕ ਦਾ ਨਾਮੋ ਨਿਸ਼ਾਨ ਮਿਟਾ ਚੁੱਕਿਆ ਬਾਈ ਜੀ ਇਹਦੇ ਵਿੱਚ ਜਾਣਾ ਖਤਰੇ ਤੋਂ ਖਾਲੀ ਨਹੀਂ ਪਰ ਫਿਰ ਵੀ ਸੇਵਾ ਨਿਰੰਤਰ ਜਿਹੜੀ ਆ ਸੇਵਾ ਆ ਕੋਠੀ ਡਿੱਗਣ ਵਾਲੀ ਆ ਬਾਈ ਜੀ ਤੁਹਾਡੇ ਕੋਲੇ ਆ ਗਏ ਤੁਹਾਡੀਆਂ ਹੀ ਤਸਵੀਰਾਂ ਦਿਖਾ ਰਹੇ ਆ ਇਸ ਵੇਲੇ ਜੁਟੇ ਨੇ ਯੋਧੇ ਜਿਹੜੇ ਨੇ ਪੰਜਾਬ ਦੇ ਸੈਨਿਕ ਮੈਂ ਕਹੂੰਗਾ ਆਮ ਬਾਈ ਕੀ ਕਹੋਗੇ ਬਾਈ ਯਾਰ ਕੋਠੀ ਡੁੱਬਣ ਵਾਲੀ ਹੈ ਚੱਕਲੀ ਸ਼ੇਰ ਪਿੰਡ ਦਾ ਵੱਡਾ ਯੋਗਦਾਨ ਹੈ ਉਹ ਦੇਖੋ ਕੋਠੀ ਦੀਆਂ ਤਰੇੜਾਂ ਆ ਗਈਆਂ ਕਿੰਨੇ ਦੀ ਕੋਠੀ ਸੀ ਇਹ ਪਹਿਲਾਂ ਦੱਸੇ ਗਏ ਤਸਵੀਰਾਂ ਦੇ 80-90 ਲੱਖ ਰੁਪਏ ਦੀ 80-90 ਲੱਖ ਰੁਪਏ ਕੋਠੀ ਤੇ ਲੱਗ ਚੁੱਕਿਆ 3 ਮੰਜ਼ਲੀ ਕੋਠੀ ਇਸ ਵੇਲੇ ਤੇ ਬਾਈ ਉਹ ਜਿਹੜੇ ਸੇਵਾ ਮੁੰਡੇ ਕਰ ਰਹੇ ਆ ਕਿਤੇ ਨਾ ਕਿਤੇ ਇੱਧਰ ਡਿੱਗਣ ਦਾ ਤਾਂ ਨਹੀਂ ਖਤਰਾ ਉੱਥੇ ਪਾਣੀ ਪੈ ਗਿਆ ਸੀ ਬਾਈ ਅੰਦਰ ਤੇ ਬਾਈ ਉਹ ਵੀ ਮੈਨੂੰ ਲੱਗਦਾ ਵੀ ਬੜੇ ਖਤਰੇ ਦੇ ਜਾਣ ਤੇ ਖੇਡ ਕੇ ਬਾਈ ਕੇ ਖੇਡ ਕੇ ਗੱਟੇ ਲਿਆ ਰਹੇ ਨੇ ਬਾਈ ਉੱਥੇ ਠੀਕ ਹੈ ਇਹ ਇਸ ਕਰਕੇ ਵੀ ਫੌਜੀ ਸਾਹਿਬ ਦੀ ਕੋਠੀ ਆ ਹਾਂ ਬਾਈ ਹਾਂਜੀ ਹਾਂਜੀ ਮੁੰਡਾ ਜੀ ਮੇਰਾ ਤੁਹਾਡਾ ਮੇਰਾ ਮੁੰਡਾ ਹੈ ਠੀਕ ਹੈ ਮਤਲਬ ਆਪਣੀ ਕੋਠੀ ਹੈ ਜੀ ਹਾਂਜੀ ਆਪਣੀ ਮੇਰੀ ਹੈ ਜੀ ਤੁਹਾਡੀ ਕੋਠੀ ਹੈ ਜੀ ਅੰਦਰ ਕੋਈ ਮੈਂ ਅੰਦਰ ਸਾਰੇ ਫੈਮਿਲੀ ਬਾਹਰ ਹੈ ਬਾਹਰ ਜੀ ਸਮਾਨ ਕੱਢਤਾ ਬਾਈ ਬਾਹਰੋਂ ਠੀਕ ਆ ਤੇ ਜੁਟੇ ਹੋਏ ਨੇ ਬਾਈ ਹੋਰ ਕੀ ਅੰਦਰ ਪਸ਼ੂ ਧਨ ਮੈਂ ਕਹੂੰਗਾ ਸਾਰਾ ਬਾਹਰ ਆ ਬਾਈ ਸਾਰਾ ਕੁਛ ਸਮਾਨ ਦੇ ਪਸ਼ੂ ਤਾਂ ਬਾਹਰ ਨੇ ਬਸ ਖਾਲੀ ਕੋਠੀ ਹੈ ਇੱਕ ਫੌਜੀ ਆ ਮੁੰਡਾ ਇਹ ਦੇਸ਼ ਦੀ ਸੇਵਾ ਕਰ ਰਿਹਾ ਸਾਡਾ ਲਾਗੇ ਪਿੰਡ ਸੀ ਉਹਦੇ ਕਰਕੇ ਆਏ ਆ ਗੱਟੇ ਵੀ ਉੱਥੋਂ ਲੈ ਕੇ ਆਏ ਆਪਦੇ ਗੱਟੇ ਵੀ ਉੱਥੋਂ ਲੈ ਕੇ ਆਏ ਆ ਔਰ ਲੱਗੇ ਹੋਏ ਆ ਪਾਣੀ ਦੇ ਵਿੱਚ ਇਸ ਵੇਲੇ ਜਾਣਾ ਤਾਂ ਸੇਵਾ ਹੀ ਕਰਨੀ ਪੈਣੀ ਆ ਦੋ ਕੱਟਿਆ ਜਿਹੜੇ ਪਿੰਡ ਦੇ ਰਿਉਂਦ ਕਲਾਂ ਦੇ ਬੰਦੇ ਸਾਥ ਨਹੀਂ ਦੇ ਰਹੇ ਬੰਦੇ ਦਾ ਇਹ ਫੌਜੀ ਦੀ ਕੋਠੀ ਅਸੀਂ ਚੱਕਲੀ ਸ਼ੇਰ ਪਿੰਡ ਤੋਂ ਆਏ ਜਾਂ ਆਂਡੇ ਵਾਲੇ ਪਿੰਡ ਦੇ ਕਿਉਂ ਨਹੀਂ ਸਾਥ ਦੇ ਰਹੇ ਬਾਈ ਇਸ ਵੇਲੇ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਲੋੜ ਉਹਨਾਂ ਦਾ ਹੱਕ ਸੀ ਖੜਨਾ ਸੀਗਾ ਉਹ ਦੇਸ਼ ਖਾਤਰ ਖੜਾ ਇਹਦਾ ਸਾਥ ਨਹੀਂ ਦੇ ਰਹੇ ਬਾਈ ਜੀ ਕਹਿੰਦੇ ਦੇਸ਼ ਖਾਤਰ ਫੌਜੀ ਸਾਹਿਬ ਡਟੇ ਰਹੇ ਤੇ ਅੱਜ ਬਾਈ ਹੁਣ
की कहोगे अपना चैनल भी देख रहे लोग डेली प्रशासन भाई कोई इत्थे कोई सार नहीं लैने आउंदा ए तां भाई पिंड है बेचारे ने तीन पिंड आ रहे ने जी इत्थे प्रशासन ने तो किसी ने साथ ही नहीं दिता उरे आके ठीक है प्रशासन ने कोई इत्थे वोटा पाण दा फायदा नहीं कुछ नहीं पाण दा फायदा जदों कोई साथ ही नहीं दिंदा उरे आके छेकड़ गट्टे ही दे देण सानू हुण तुसीं निरंतर सेवा दे विच लगे सी आओ गट्टियां नूं जोर आपां भी हथ ला लैणे आ आओ चलिए आ मैक फड़ वीरे आ मैक फड़ गया आओ जे कोई नहीं साथ दे रहा पर मीडिया साथ जरूर दे रही है मामा जी सानू सिखाओ फिर आपां गट्टे चक्कने आ कोई नहीं कानू लिबड़ना भाई चक्कर ही नहीं कोई चक्कर ही नहीं जे अज असी ना नाल खड़े ते फिर खड़ू कौन ए तस्वीरां ओ ने जेड़ियां तस्वीरां तुहानू दिखण गया भी जे अज ना सेवा कीती ते सेवा करनी कदों आ इहनू सेवा कहिंदे आ जदों असी किसे नू अपना आप कुर्बान करके दिने आ तुसी देख रहे हो मुंडे गोडे गोडे पानी दे विच खड़े ने अपने पिंड दे ने सारे इत्थों दे आ चक्कड़ी शेर पिंड दे ठीक है आ जाओ भाई जी लो जी लो इस वेले तस्वीरां सेवा दियां ने जेड़ा सेवा दी लोड़ है इस कोठी नूं बचाउण लई घर इह आशियां नाल बचाउण दे लई तां जो हड़े ना और जिथे तुसी सड़क ते देख रहे हो पैड़ पाड़ जेड़ा वा इह किन्ना क फुट पाड़ पै गया भाई भाई इह पै गया 15-18 फुट पाड़ पै गया भाई किन्ना क पाड़ पै गया वीरे गोडे गोडे पानी जे जेकर मैं पैर लाना मेरा पैर टिक जू गोडे गोडे पानी चढ़ गया भी आ देख लो गोडे गोडे बहा बहुत तेज है ए बहा बहुत तेज है मैं बूट नहीं लाउंदा पर कोठी दे विच असीं अंदर जा सकदे आ फौजी साहब आ जाओ चलिए फिर इस वेले असीं कोठी दे विच जाण दी कोशिश करदे आ कोई गल नहीं आ जाओ इस वेले तस्वीरां जेड़ियां ने भाई सेवा कर रहे हो निरंतर किन्ने घंटे हो गए इस कोठी नूं बचाउण दे लई सानूं घट्टो घट्ट जी 5-5 घंटे हो गए सवेर तों लगे आ 12 बजे इत्थे मिट्टी दा कोई प्रबंध है नहीं सी असीं पिंडों जाके लागे दे पिंड चक्क लई देखिया मिट्टी जेड़ी आ जदों असीं सवेरे आया ते मिट्टी इह चौं पिंडां दे परले पासे लिआंदी गई आ हांजी हांजी इत्थों घट्टो घट्ट 5 किलोमीटर तों मिट्टी लै के असीं गट्टे भर के इधर दी रस्ते बनती सारे इह नाले दे नाल नाल लै के आए घट्टो घट्ट तीजी ट्राली है जी मिट्टी दी कहिंदे पानी घट गया पानी घटिया पानी तां वधिया जी कैमरामैन नूं मैं कहूंगा इक बार कैमरामैन भाई अमित बच के मेरा वीर भाई फड़ लियो इक बार इस वेले ओथे भाई सारा पानी दा ना फौजी दा मड़ा अंदर चलिए फौजी दा मुंडा मुंडा मेरा ठीक है इस वेले तस्वीर जेड़ी आ ओ सेवा दी तुहानू दिखा रहे आ भाई असीं तुहानू मानो पूरा जोर ला रख्या फौजी दे घर नूं अज नहीं आउण दिंदे ठीक है हां इस वेले मोढा ला के रोकणी पवे मां कुछ करना पवे सारा मोढे वाली काम आई सारा पिंड फिरदा गा चार पिंड लग रहे ने जी चार पिंड आ जाओ आ जाओ ते इस वेले घरे कौन कौन है घरे जवाक सुरक्षित ने सेफ ने बच्चे है दो ए फौजी साहब दी कोठी आ जेड़ी सवेर दी जेड़े पिंड दे लोक ने ओ बचाउण लगे होए ने किन्ने पिंडां दे चौं पिंडां दे दस्सिया सी चार लोक जेड़े आ इस कोठी नूं बचाउण दे लई लगे होए आ तस्वीरां तुहानूं दिखा रहे आ किवें मोढे ला के खड़े आ ਉਧਰ ਦੀ ਆਉਣੇ ਆ ਜੀ ਅਸੀਂ ਉਧਰ ਦੀ ਆਉਣੇ ਆ ਤੁਹਾਡੇ ਕੋਲੇ ਵੀ ਅੰਦਰ ਦੀ ਆ ਪਾੜ ਜਿਹੜਾ ਵਾ ਕੋਠੀ ਦਾ ਚੌਂ ਤਰਫੋਂ ਪਾਣੀ ਇਸ ਕੋਠੀ ਨੂੰ ਘੇਰਿਆ ਜੀ ਪਾਣੀ ਨੇ ਤੇ ਸੜਕ ਤੇ ਦੋ ਪਾਸੇ ਪਾੜ ਪਾ ਚੁੱਕਿਆ ਅਸੀਂ ਅੰਦਰ ਆਏ ਆ ਤੇ ਬਾਈ ਹੁਣੀ ਪਾਠ ਕਰਨ ਲੱਗੇ ਹੋਏ ਨੇ ਤੇ ਪਾਠ ਤੇ ਬੈਠੇ ਨੇ ਵੀ ਹੁਣ ਜੇ ਮਾਰ ਬਚਾ ਸਕਦਾ ਤੇ ਕੌਣ ਬਚਾ ਸਕਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੋਠੀ ਦਾ ਬਾਹਰੋਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੰਦਰ ਤਰੇੜਾਂ ਆ ਗਈਆਂ ਅੰਦਰ ਤਰੇੜਾਂ ਆ ਗਈਆਂ ਬਈ ਦਿਖਾਓਗੇ ਮੜੀਆਂ ਜੀਆਂ ਦਿਖਾ ਦਿੰਨੇ ਆ ਜਿਓ ਅੰਦਰ ਕੋਠੀ ਦੇ ਆਇਆ ਇਸ ਵੇਲੇ ਤੇ ਤਰੇੜਾਂ ਆ ਚੁੱਕੀਆਂ ਨੇ ਪਰ ਚੌਂ ਪਿੰਡਾਂ ਦੀ ਸੰਗਤ ਚੌਂ ਪਿੰਡਾਂ ਦੇ ਨੌਜਵਾਨ ਕੋਠੀ ਨੂੰ ਬਾਹਰੋਂ ਮੋਢਾ ਲਾ ਕੇ ਖੜੇ ਨੇ ਇਸ ਵੇਲੇ ਜਿੱਥੇ ਬਹੁਤ ਹੀ ਜ਼ਿਆਦਾ ਜਾਨ ਤੇ ਖੇਡ ਕੇ ਕੋਠੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦੀ ਸਪੀਡ ਤੁਸੀਂ ਦੇਖ ਰਹੇ ਹੋ ਤੇ ਸਪੀਡ ਨੇ ਸਾਡੇ ਵੀ ਪੈਰ ਕਿਤੇ ਨਾ ਕਿਤੇ ਡਗਮਗਾਏ ਸਾਡੇ ਵੀ ਪੈਰ ਡੋਲੇ ਤਰੇੜ ਜਿਹੜੀ ਆ ਉਹ ਕੋਠੀ ਨੂੰ ਆ ਚੁੱਕੀ ਆ ਹਾਂਜੀ ਇੱਕ ਤਰੇੜ ਤਾਂ ਆ ਗਈ ਜੀ ਆਪਣੇ ਇੱਕ ਪਿੱਛੇ ਆ ਰਹੀ ਹੈ ਜੀ ਬੈਕ ਸਾਈਡ ਬਹੁਤ ਤਰੇੜ ਆ ਰਹੀ ਹੈ ਥੱਲੇ 3 ਫੁੱਟ ਪਾਣੀ ਪੈਣ ਲੱਗੇ ਜੀ 4 ਫੁੱਟ ਖੁੰਝੇ ਨਿਕਲ ਗਏ ਜੀ ਥੱਲੋਂ ਪਿੱਛੋਂ 6 ਫੁੱਟ ਉੱਥੇ ਜਿੱਥੇ ਕੱਟੇ ਆ ਜਾਓ
खूंजा भी दिखा दो एक बार थलो मिट्टी निकल गई जी नहीं जाना अपने खाली है जी थलो ठीक है थलो खाली आओ नहीं जाते पर चौं तरफो पानी दिखा दी एक बार अमित वीरे पानी जरूर दिखा दे हाँ जी पानी दी स्पीड तुसी देख और सेवादार वीरे किन्ने बजे दे लगे हो वीरे सलूट है तुहानू तुसी फौजी साहब दी कोठी नू बचाउण दे लई लगे हो सवेरे 9 बजे दे लगे हो भाई किन्ने बन ला दे दो दिख रहे मैनू तीन ओ दिख रहे किन्ने बन ला चुके हो किन्ने किन्ने फुट पानी आ गया पांच फुट जे तुसी होर इधर आए तो डुब जाओगे आयो ना भीरे रिस्क है मेरा भरा ओ बन तुसी देख रहे हो परले पासे वड्डा बन लग्या होया इधर तबाही दा मंजर जेड़ा देखोगे और पिंड एक घग्गर दी मार है भाई कहिंदे पानी घटिया पानी दी स्पीड तुसी देख रहे हो भाई इत्थे नाल खेत फौजी साहब दे ही ने खेत इस वेले तुसी देख रहे हो फसल चौल जेड़े आ रुड़े जा रहे आ इहदे बारे की कहोगे भाई खालसा जी पहला पता नहीं सी पहला अलर्ट नहीं आया अलर्ट आया सी मतलब इन्ना तेज पानी आऊगा ही नहीं पता सी ठीक है पर मिट्टी भी इस वेले इन्हें खोर देनी है जी जेहड़े हिसाब नाल पानी बहुत तेज आ भाई प्रशासन आला कोई पहुंचा आप ही लगे हो योधे आप ही हो ठीक है किन्ने पिंड लगे पांच के चार पांच पिंड दे नौजवान ने की कहोगे पानी कदों घटदा प्रशासन की कोई आवाज आई अठ दस हजे होर बस स्टैंड आ जरा पीले पीला क्रीम जहा ठीक है हां जी जमा ना दो बनेरे 93 च रह गए थे बनेरे आले दो रदे इना हड़ 93 च आया जी हां जी 93 च आया सीगा एतकी ओतो ज्यादा पानी हैगा 93 तो भी वध पानी है जी हां जी एतकी वध हैगा ओके हां जी ते कोई जानी नुकसान बापू जी कोई इस पिंड दा हाल तक कोई नहीं हले तक ता बहुत सुरक्षित है लोग फौजी साहब दे सारे फैमिली मेंबर हां ओ इत्थे बाहर आई इत्थे पिंड च ही आउंदा उच्चे थां ते वगे वैसे फौजियां दी एक यूनिट आई है भाई फौजियां दी किश्ती आई हुई है ओ आई सीगी इत्थे फौजी आए सी हां हां दवाई बूटी दा ओ कर गया प्रबंध मैं सुनया बाबू जी मच्छर बहुत है बापू जी इत्थे मच्छर बहुत फौजियां ने कहा भी कहने मच्छर बहुत आ गया हां जी मच्छर ते ओदे नाल डेंगू मलेरिया दा खतरा हां जी कोई बीमार तां नहीं होया ना ना हजे तक कोई नहीं होया जी ठीक है ए फौजी साहब दी कोठी दी तस्वीरां ने ते जिथे पेटियां बाहर कढ लईयां ने दाणे आली जिहड़ी आ पड़ोली ओह भी बाहर पई है ते पाथियां भी बाहर ने मंजे बिस्तरे और फौजी साहब दा ट्रंक जिहड़ा मिलिटरी आला ओह भी बाहर ही पिया तुसीं देखोगे फौजी साहब दा ट्रंक जिहड़ा वा सुखपाल सिंह ए मिलिटरी दा टैंप ओह जी हां जी हां जी तुसीं देखोगे फौजी साहब दा मिलिटरी दा जिहड़ा एक हुंदा अटैच ट्रंक मिलिट्री आला ट्रंक जिहड़ा वा इंजीनियर लिखिया होया सुखपाल सिंह ते ओ ट्रंक जिहड़ा बाहर कढ़िया फौजी साहब दा इस वेले जदाद जिहड़ी आ ओ खतरे च आ कोठी ते कहिंदे 80-90 लाख भाई कहिंदे लग गया सीगा हां जी लग्यागा इस वेले पानी हुंदा दिख रिहा हां जी पानी ਤੇ ਬਾਹਰ ਕਹਿੰਦੇ ਵੀ ਕਿਤੇ ਨਾ ਕਿਤੇ ਖੋਟੀ ਢਹਿਣ ਦਾ ਵੀ ਜਿਹੜਾ ਖਤਰਾ ਵਾ ਹਜੇ ਉਹ ਪੂਰਾ ਸੀਗਾ ਜੀ ਖਤਰਾ ਹੁਣ ਜਾਣੇ ਬਚ ਰਹੀ ਕੋਠੀ ਠੀਕ ਹੈ ਹੁਣ ਨੌਜਵਾਨ ਕਹਿੰਦੇ ਵੀ ਕੋਠੀ ਨਹੀਂ ਜਾਣ ਦਿੰਦੇ ਆਪਾਂ ਠੀਕ ਹੈ ਇਸ ਵੇਲੇ ਨੌਜਵਾਨਾਂ ਦਾ ਕਹਿਣਾ ਹੈ ਕੋਠੀ ਨਹੀਂ ਜਾਣ ਦਿੰਦੇ ਤੇ ਉੱਥੇ ਤਸਵੀਰਾਂ ਤੁਹਾਨੂੰ ਬਿਆਨ ਕਰ ਰਿਹਾ ਰਿਉਂਦ ਕਲਾਂ ਦੀਆਂ ਹਾਂਜੀ ਰਿਉਂਦ ਕਲਾਂ ਇਹ ਤਸਵੀਰਾਂ ਨੇ ਅਸੀਂ ਕੋਠੇ ਤੇ ਨਹੀਂ ਜਾਣਾ ਰਿਸਕ ਨਹੀਂ ਲੈਣਾ ਪਰ ਇਹ ਤਸਵੀਰ ਬਿਆਨ ਕਰਦੀ ਹੈ ਪੰਜਾਬ ਡੁੱਬਿਆ ਹੋਇਆ ਇਸ ਵੇਲੇ ਘੱਗਰ ਦੀ ਮਾਰ ਹੇਠ